ਸ਼ਾਇਦ 9th 10th ਸੀਗਾ ਉਦੋਂ ਤੋਂ ਲੈ ਕੇ ਅਸੀਂ ਇਹਨਾਂ ਦੀਆਂ ਕੈਸਟਾਂ, ਇਹਨਾਂ ਦੀ ਕੈਸਟ ਆਉਣੀ ਉਹਨੂੰ ਬਹੁਤ ਚੰਗੀ ਤਰ੍ਹਾਂ ਸੁਣਨਾ, ਉਸ ਤੋਂ ਬਾਅਦ ਫਿਰ ਵੇਟ ਕਰਨੀ ਵੀ ਕਦੋਂ ਆਊਗੀ। ਉਦੋਂ ਸਿਰਫ ਇੱਕ ਕੈਸਟ ਹੀ ਯਾਨੀ ਕਿ ਇਹੀ ਮਾਧਿਅਮ ਸੀਗਾ ਜੀ, ਯਾਨੀ ਕਿ ਉਹਦੀ ਪੂਰੀ ਯਾਨੀ ਕਿ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਜਦੋਂ ਦੇ ਸੰਬੰਧੀ ਚਲੇ ਗਏ ਸਾਨੂੰ ਐਂ ਲੱਗਦਾ ਵੀ ਕੁਛ ਸਾਡੇ ਪਿੰਡੋਂ ਚਲਾ ਗਿਆ। ਜਦੋਂ ਕੋਈ ਲੋਹੜੀ ਦਿਵਾਲੀ ਹੁੰਦੀ ਸੀ ਉਦੋਂ ਲੋਕਾਂ 'ਚ ਉਹ ਆਉਂਦੇ ਸੀ, ਲੋਹੜੀ ਦਿਵਾਲੀ ਵੀ ਵੰਡ ਕੇ ਜਾਂਦੇ ਸੀ, ਲੋਕਾਂ ਨਾਲ ਆਪਦੀ ਸਾਂਝ ਵੀ ਰੱਖਦੇ ਸੀ ਵੀ ਲੋਹੜੀ ਦਿਵਾਲੀ ਮੈਂ ਇੱਥੇ ਪਿੰਡ ਮਨਾਉਣ ਆਇਆ ਸ਼ਹਿਰ ਛੱਡ ਕੇ, ਵੀ ਬਹੁਤ ਵਧੀਆ ਸਾਨੂੰ ਲੱਗਦਾ ਸੀ ਉਹਦੇ ਨਾਲ ਵੀ ਮਿਲਵਰਤਨ, ਕੁੜੀਆਂ ਨਾਲ ਕੁੜੀਆਂ ਵਰਗਾ, ਬੁੜਿਆਂ ਨਾਲ ਬੁੜਿਆਂ ਵਰਗਾ। ਇੱਕ ਗੀਤ ਗਾਇਆ ਵੀ ਇਹ ਤਾਂ ਚੱਕ ਵਾਲਾ ਗੋਰਾ ਰੋਵੇ ਮਾਂ ਜਦ ਚੇਤੇ ਆਵੇ, ਉਹਦੀ ਛੋਟੇ ਜਿਹੇ ਹੁੰਦੇ ਦੀ ਮਾਂ ਐਕਸਪਾਇਰ ਹੋ ਗਈ ਸੀ, ਛੋਟਾ ਹੀ ਸੀ ਉਦੋਂ ਉਹ, ਫਿਰ ਉਹ ਦਾਦਾ ਦਾਦੀ ਨੇ ਪਾਲਿਆ, ਪਿਓ ਨੇ ਪਾਲਿਆ, ਪਿਓ ਉਹਦਾ ਫੌਜ ਦੇ ਵਿੱਚ ਸੀਗਾ, ਮਤਲਬ ਸਰਵਿਸ ਕਰਦਾ ਸੀ। ਯਾਨੀ ਘਰ ਦੀ ਜਿਹੜੀ ਆਰਥਿਕ ਹਾਲਤ ਆ ਉਹ ਵੀ ਬਹੁਤੀ ਚੰਗੀ ਨਹੀਂ ਸੀ ਕਿਉਂਕਿ ਜ਼ਮੀਨ ਜ਼ਿਆਦਾ ਨਹੀਂ ਸੀ, ਵਿਚਾਰਾ ਰੁੜ ਖੁੜ ਕੇ ਹੀ ਪਲਿਆ, ਅਤੇ ਲੋਕਾਂ ਨੂੰ ਉਮੀਦ ਨਹੀਂ ਸੀ ਵੀ ਐਡਾ ਵੱਡਾ ਕਲਾਕਾਰ ਬਣੂਗਾ। ਸੋ ਇੱਕ ਦਿਨ ਲੋਹੜੀ 'ਤੇ ਅਸੀਂ ਬੈਠੇ ਸੀਗੇ, ਮੈਂ ਕਿਹਾ ਗੋਰੇ ਕੋਈ ਗਾਣਾ, ਉਹ ਕਹਿੰਦਾ ਅੱਜ ਮੇਰਾ ਠੀਕ ਨਹੀਂ, ਕਹਿੰਦਾ ਇਹਨਾਂ ਦਿਨਾਂ ਦੇ ਵਿੱਚ ਮੇਰੀ ਮਾਂ ਐਕਸਪਾਇਰ ਹੋਈ ਸੀ। ਅੱਛਾ। ਫਿਰ ਉਹਨੇ ਉਹ ਸਾਨੂੰ ਗੀਤ ਸੁਣਾਇਆ ਤਾਂ ਚੱਕ ਵਾਲਾ ਗੋਰਾ ਰੋਵੇ ਮਾਂ ਜਦ ਚੇਤੇ ਆਵੇ, ਸਾਨੂੰ ਅਸੀਂ ਵੀ ਨਾਲ ਉਹਦੇ ਭਾਵਕ ਹੋਵੇ। ਨਾ ਤਾਂ ਇਹਦਾ ਸ਼ਾਇਦ ਕੁਛ ਹੋਰ ਹੋਊ ਜੀ, ਨਾ ਕਿ ਨਾ ਉਹਦਾ ਗੁਰਪ੍ਰੀਤ ਹੈ ਜੀ, ਸੋਹਣਾ ਸੀ ਉਹਦਾ ਨਾਂ, ਫਿਰ ਗੋਰਾ। ਜਿਹਦਾ ਜਿਹੋ ਜਿਹਾ ਰੰਗ ਹੁੰਦਾ ਉਹੋ ਜਿਹਾ ਉਹਨੂੰ ਤਾਂ ਨਾਂ ਪੈ ਜਾਂਦਾ, ਕੋਈ ਕਾਲਾ ਮਾੜਾ ਜਿਹਾ ਇੱਥੇ ਸਾਡੇ ਹੈਗਾ ਜੋ ਉਹਨੂੰ ਕਾਲਾ ਕਹਿਣ ਲੱਗ ਜਾਂਦੇ ਆ ਜੀ, ਪਿੰਡਾਂ ਦੇ ਵਿੱਚ ਤਾਂ ਇੱਦਾਂ ਹੀ ਹੈ, ਪਿੰਡ ਹੈ ਮਤਲਬ ਗੋਰੇ ਦੇ ਨਾਮ ਤੋਂ ਹੀ ਮਸ਼ਹੂਰ ਹੈ ਤੇ ਕਾਲੇ ਦੇ ਨਾਮ ਤੋਂ ਵੀ। ਹਾਂ, ਕਾਲੇ ਕੋਈ ਕਾਲੇ ਦੇ ਨਾਮ ਤੋਂ ਹੀ ਮਸ਼ਹੂਰ, ਕਾਲੇ ਦੇ ਨਾਮ ਤੋਂ ਹੀ ਮਸ਼ਹੂਰ, ਬਸ ਇੱਦਾਂ ਹੀ ਹੈ ਜੀ। ਹਾਂਜੀ, ਤੁਸੀਂ ਦੇਖ ਰਹੇ ਹੋ ਬੋਲੀ ਹੋਲੀ ਬਾਬਾ ਅਤੇ ਮੈਂ ਹਾਂ ਅਵਤਾਰ ਸਿੰਘ, ਅਤੇ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ। ਜੀ ਹਾਂ, ਚੱਕ ਫਤਿਹ ਸਿੰਘ ਵਾਲਾ ਉਸੇ ਸਿੰਗਰ ਦਾ ਪਿੰਡ ਹੈਗਾ ਜਿਸ ਦੀ ਗਾਇਕੀ ਨੂੰ ਲੈ ਕੇ ਅੱਜ ਵੀ ਲੋਕ ਉਹਨਾਂ ਦੀ ਆਵਾਜ਼ ਸੁਣਨਾ ਪਸੰਦ ਕਰਦੇ ਹੈ, ਗੋਰਾ ਚੱਕ ਵਾਲਾ। ਜੀ ਹਾਂ, ਗੋਰਾ ਚੱਕ ਵਾਲਾ ਇਸੇ ਪਿੰਡ ਦੇ ਜਿਹੜੇ ਹੈਗੇ, ਇੱਥੇ ਹੀ ਉਹਨਾਂ ਦਾ ਜਨਮ ਹੋਇਆ। ਇਸ ਤੋਂ ਬਾਅਦ ਉਹਨਾਂ ਨੇ ਕਾਫੀ ਲੰਬਾ ਸਫ਼ਰ ਜਿਹੜਾ ਹੈ ਗਾਇਕੀ ਦੇ ਖੇਤਰ ਦੇ ਵਿੱਚ ਕੀਤਾ, ਉਸ ਤੋਂ ਬਾਅਦ ਉਹ ਬਠਿੰਡੇ ਚਲੇ ਗਏ ਹੈ। ਸਾਡੇ ਨਾਲ ਵੀਰ ਜੀ ਹੈਗੇ, ਜਸਵੀਰ ਜੀ, ਜਸਵਿੰਦਰ ਸਿੰਘ ਜੀ, ਇਹਨਾਂ ਦੇ ਗੁਆਂਢੀ ਹੈ ਜੀ ਇਹਨਾਂ ਦਾ ਘਰ, ਇਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਆਖਿਰ ਗੋਰੇ ਚੱਕ ਵਾਲੇ ਨੂੰ ਕਿੰਨਾ ਕੁ ਜਾਣਦੇ ਹੈ, ਗੀਤਾਂ ਨੂੰ ਲੈ ਕੇ ਯੂਥ ਵੀ ਹੈ, ਕੀ ਸਮਝਦੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲੀ ਹੋਲੀ ਬਾਬਾ ਦੇ ਵਿੱਚ। ਹਾਂਜੀ, ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਜੀ ਨਮਸਕਾਰ ਆ। ਹਾਂਜੀ ਬਾਈ ਜੀ, ਅੱਜ ਅਸੀਂ ਆਏ ਹਾਂ ਚੱਕ ਫਤਿਹ ਸਿੰਘ ਵਾਲਾ, ਹੈ ਨਾ, ਸਾਨੂੰ ਪਤਾ ਲੱਗਿਆ ਕਿ ਗੋਰੇ ਚੱਕ ਵਾਲਾ ਇਹੀ ਉਹਨਾਂ ਦਾ ਘਰ ਹੈਗਾ ਜਿਹੜਾ, ਹੈ ਨਾ, ਅਤੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਕਿੰਨਾ ਕੁ ਪੁਰਾਣਾ ਵਾਲਾ ਹੈ। ਨਹੀਂ, ਘਰ ਇਹਨਾਂ ਦਾ ਯਾਨੀ ਕਿ ਗੋਰਾ ਚੱਕ ਵਾਲਾ ਸ਼ੁਰੂ ਤੋਂ ਜਨਮ ਤੋਂ ਲੈ ਕੇ ਇੱਥੇ ਰਹੇ ਆ ਜੀ। ਹਾਂਜੀ, ਅਤੇ ਉਹਨਾਂ ਦਾ ਨਾਲ ਭਰਾ ਸੀਗਾ ਜੀ ਜੱਗਾ ਚੱਕ ਵਾਲਾ, ਉਹਨਾਂ ਨੇ ਵੀ ਯਾਨੀ ਕਿ ਬਹੁਤ ਯਾਨੀ ਕਿ ਜੇ ਗੋਰਾ ਅੱਜ ਐਡਾ ਵੱਡਾ ਗਾਇਕ, ਐਡਾ ਵੱਡਾ ਸਥਾਪਿਤ ਨਾਂ ਹੈ, ਤਾਂ ਜੱਗੇ ਦੀ ਵੀ ਉਨੀ ਮਿਹਨਤ ਸੀਗੀ ਜੀ ਇਹਦੇ 'ਚ। ਦੋਨੇ ਭਰਾ ਜਿਹੜੇ ਗਾਉਂਦੇ ਸੀ ਜੀ? ਨਹੀਂ ਜੀ, ਉਹ ਜੱਗਾ ਯਾਨੀ ਕਿ ਉਹਦੀ ਤਿਆਰੀ ਵਗੈਰਾ ਕਰਾਉਂਦੀ, ਸਾਰੀ ਮਿਹਨਤ ਉਹਨਾਂ ਦੇ ਪਿੱਛੇ ਸੀ, ਉਹਨੇ ਸ਼ਾਇਦ ਇੱਕ ਦੋ ਗੀਤ ਵੀ ਲਿਖੇ ਜੱਗੇ ਨੇ। ਹਾਂਜੀ ਹਾਂਜੀ, ਅਤੇ ਕਾਫੀ ਲੰਬਾ ਸਫ਼ਰ ਜੀ ਉਹਨਾਂ ਨੇ ਗਾਇਕੀ ਦੇ ਖੇਤਰ 'ਚ ਕੀਤਾ, ਹੈ ਨਾ, ਅਤੇ ਲੋਕ ਬੜੇ ਪਸੰਦ ਕਰਦੇ ਹੁੰਦੇ ਸੀ। ਹਾਂਜੀ ਹਾਂਜੀ, ਬਹੁਤ ਸ਼ਾਨਦਾਰ ਯਾਨੀ ਕਿ ਉਹਨਾਂ ਦਾ ਯਾਨੀ ਕਿ ਉਦੋਂ ਸੈਡ ਸੌਂਗ ਦਾ ਸੀਗਾ ਜੀ ਟ੍ਰੈਂਡ, ਅਤੇ ਉਹਨਾਂ ਨੇ ਉਸ ਸਮੇਂ ਨੂੰ ਯਾਨੀ ਕਿ ਪੂਰੀ ਸਹੀ ਤਰ੍ਹਾਂ ਯਾਨੀ ਕਿ ਨਿਭੇ ਉਸ ਸਮੇਂ ਨਾਲ, ਅਤੇ ਉਹਨਾਂ ਟਾਈਮਾਂ 'ਚ ਜਿਹੜੇ ਸਿੰਗਰ ਸੀਗੇ ਜਿਵੇਂ ਧਰਮਪ੍ਰੀਤ, ਮਾਹੀ ਨੰਗਲ ਅਤੇ ਗੋਰਾ ਚੱਕ ਵਾਲਾ ਜੀ, ਬਹੁਤ ਸ਼ਾਨਦਾਰ ਯਾਨੀ ਕਿ ਉਹਨਾਂ ਦੇ ਫੈਨ ਫੋਲੋਇੰਗ ਬਹੁਤ ਸੀ ਉਸ ਟਾਈਮ। ਹਾਂਜੀ, ਪਰ ਨਵਾਂ ਦੌਰ ਸ਼ੁਰੂ ਹੋ ਗਿਆ, ਹੈ ਨਾ, ਹੁਣ ਤਾਂ ਸੋਸ਼ਲ ਮੀਡੀਆ 'ਤੇ ਹੀ ਮਤਲਬ ਗੀਤ ਆਉਂਦਾ ਸਿੱਧਾ ਸੋਸ਼ਲ ਮੀਡੀਆ 'ਤੇ, ਉਦੋਂ ਤਾਂ ਮਤਲਬ ਕੈਸੇਟ ਚੱਲਦੀ ਹੁੰਦੀ ਸੀ, ਬੜੀਆਂ ਵਿਕਦੀਆਂ ਹੁੰਦੀਆਂ ਸੀ ਉਦੋਂ। ਹਾਂਜੀ ਬਿਲਕੁਲ ਬਿਲਕੁਲ, ਉਦੋਂ ਕੈਸਟਾਂ ਦਾ ਟਾਈਮ ਸੀਗਾ ਜੀ, ਅਸੀਂ ਆਪ ਵੀ ਗੋਰਾ ਜੀ ਨੂੰ ਯਾਨੀ ਕਿ ਗੋਰਾ ਚੱਕ ਵਾਲੇ ਨੂੰ ਬਹੁਤ ਸੁਣਦੇ ਰਹੇ ਹਾਂ, ਅਤੇ ਅਸੀਂ ਸੀਗਾ ਯਾਨੀ ਕਿ ਮੈਂ 10th ਕਲਾਸ 'ਚ ਸੀਗਾ, ਸ਼ਾਇਦ 9th 10th ਸੀਗਾ ਉਦੋਂ ਤੋਂ ਲੈ ਕੇ ਅਸੀਂ ਇਹਨਾਂ ਦੀਆਂ ਕੈਸਟਾਂ, ਇਹਨਾਂ ਦੀ ਕੈਸਟ ਆਉਣੀ ਉਹਨੂੰ ਬਹੁਤ ਚੰਗੀ ਤਰ੍ਹਾਂ ਸੁਣਨਾ, ਉਸ ਤੋਂ ਬਾਅਦ ਫਿਰ ਵੇਟ ਕਰਨੀ ਵੀ ਕਦੋਂ ਆਊਗੀ। ਉਦੋਂ ਸਿਰਫ ਇੱਕ ਕੈਸਟ ਹੀ ਯਾਨੀ ਕਿ ਇਹੀ ਮਾਧਿਅਮ ਸੀਗਾ ਜੀ, ਯਾਨੀ ਕਿ ਉਹਦੀ ਪੂਰੀ ਯਾਨੀ ਕਿ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਹਾਂਜੀ, ਸਾਰੇ ਘਰਾਂ 'ਚ ਡੈਕਾਂ 'ਤੇ ਚੱਲਦੀ ਹੁੰਦੀ ਸੀ, ਹੈ ਨਾ, ਸਪੀਕਰ ਬਾਰੀਆਂ ਦੇ ਵਿੱਚ ਵੀ ਲਾਏ ਹੁੰਦੇ ਸੀ ਉਦੋਂ। ਹਾਂਜੀ ਹਾਂਜੀ, ਜਦੋਂ ਲਾ ਲਓ ਆਪਾਂ ਵੇਟ ਕਰਦੇ ਸੀਗੇ ਜੀ, ਅਤੇ ਵੀ ਆਹ ਕੈਸਟ ਆਊਗੀ, ਜੇ ਕਿਤੇ ਆਪਾਂ ਵੱਜਦੀ ਸੁਣ ਲੈਂਦੇ ਤਾਂ ਦਵਾ ਦਵ ਯਾਨੀ ਕਿ ਪੁੱਛੋ ਮੰਡੀ,
ਪਹੁੰਚਣਾ ਦਾ ਮਤਲਬ ਵੀ ਕੈਸਟ ਆ ਗਈ ਭਾਈ ਪਤਾ ਕਰਦੇ ਰਹਿਣਾ ਵੀ ਕਦੋਂ ਆਊਗੀ ਜੇ ਨਹੀਂ ਆਈ ਤਾਂ ਯਾਨੀ ਕਿ ਲੋਕਾਂ ਤੁਸੀਂ ਯੂਥ ਵੀ ਹੋ ਤੁਸੀਂ ਦੋਨੇ ਦੌਰ ਜਿਹੜੇ ਆ ਦੇਖੇ ਆ ਮਤਲਬ ਉਹ ਦੌਰ ਵੀ ਜਿਹੜਾ ਦੇਖਿਆ ਕੈਸੇਟ ਵਾਲਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਵਾਲਾ ਵੀ ਗਾਇਕੀ ਦਾ ਵੀ ਤੁਸੀਂ ਦੇਖਿਆ ਹੈਗਾ ਕਿਸ ਤਰ੍ਹਾਂ ਦਾ ਫਰਕ ਕੀ ਮਹਿਸੂਸ ਕਰਦੇ ਹੋ ਹੁਣ ਨਹੀਂ ਫਰਕ ਤਾਂ ਹਰੇਕ ਜਨਰੇਸ਼ਨ ਦੇ ਹਿਸਾਬ ਨਾਲ ਜੀ ਉਹ ਜਨਰੇਸ਼ਨ ਗੈਪ ਤਾਂ ਰਹੂਗਾ ਜੀ ਅਤੇ ਹਰੇਕ ਯਾਨੀ ਕਿ ਪੀੜ੍ਹੀ ਹੈ ਜਿਹਨੂੰ ਉਹਨੂੰ ਆਪਦਾ ਯਾਨੀ ਕਿ ਜਿਹੜਾ ਟਾਈਮ ਆ ਉਹੀ ਸਹੀ ਲੱਗੂਗਾ ਇਹ ਵੀ ਰੂਲ ਆ ਪਰ ਇੱਕ ਗੱਲ ਹੈਗੀ ਹੈ ਵੀ ਜਿਵੇਂ ਪਹਿਲਾਂ ਜਿਵੇਂ ਗੋਰਾ ਚੱਕ ਵਾਲੇ ਸੀਗੇ ਹੈ ਨਾ ਇਹਨਾਂ ਦੇ ਟਾਈਮ 'ਤੇ ਜਿਹੜੀ ਗਾਇਕੀ ਸੀ ਉਹ ਪਰਿਵਾਰਕ ਕੁਛ ਜ਼ਿਆਦਾ ਸੀਗੀ ਅਤੇ ਹੁਣ ਵਾਲੀ ਗਾਇਕੀ 'ਚ ਚਲੋ ਸੁਣਦੇ ਹਾਂ ਹੁਣ ਵੀ ਗੀਤ ਹੈ ਨਾ ਵਿੱਚ ਚੰਗੇ ਗਾਇਕੀ ਵੀ ਹੈਗੇ ਸਤਿੰਦਰ ਸਰਤਾਜ ਵਰਗੇ ਆ ਹੈ ਨਾ ਬਾਬੇ ਵਰਗੇ ਆ ਪਰ ਹੁਣ ਵਾਲੀ ਗਾਇਕੀ ਕਿਤੇ ਨਾ ਕਿਤੇ ਲੱਗਦਾ ਵੀ ਹਿੰਸਕ ਜ਼ਿਆਦਾ ਹੋਊਗੀ ਯਾਨੀ ਕਿ ਹਥਿਆਰਾਂ ਨੂੰ ਲੈ ਕੇ ਫੋਕੀ ਸ਼ੋਹਰਤ ਨੂੰ ਲੈ ਕੇ ਇਹ ਚੀਜ਼ ਯਾਨੀ ਕਿ ਲੱਗਦਾ ਵੀ ਸ਼ਾਇਦ ਬੁਰਾ ਅਸਰ ਹੋ ਰਿਹਾ ਕਿਉਂਕਿ ਦੇਖਦੇ ਹਾਂ ਬਾਕੀ ਹੋ ਸਕਦਾ ਜੀ ਗਲਤ ਵੀ ਹੋ ਜਾਏ ਕਿਉਂਕਿ ਹਰੇਕ ਨੂੰ ਆਪਦਾ ਟਾਈਮ ਹੀ ਆਪਦਾ ਯਾਨੀ ਕਿ ਜਿਹੜਾ ਪੀਰੀਅਡ ਆ ਉਹੀ ਵਧੀਆ ਲੱਗਦਾ ਹੈ ਬਿਲਕੁਲ ਸਹੀ ਹੈ ਮਤਲਬ ਕਿ ਜਦੋਂ ਇਹ ਟਾਈਮ ਸੀ ਦੌਰ ਸੀਗਾ ਗੋਰਾ ਚੱਕ ਵਾਲਾ ਜਾਂ ਇਹਨਾਂ ਦੇ ਨਾਲ ਬਲਕਾਰ ਸਿੱਧੂ ਦਾ ਜਿਹੜਾ ਸੀ ਮਤਲਬ ਜ਼ਮੀਨੀ ਹਕੀਕਤ ਨੂੰ ਲੈ ਕੇ ਜਿਹੜਾ ਗੀਤ ਲਿਖਾਰੀ ਵੀ ਜਿਹੜੇ ਲਿਖਦੇ ਵੀ ਸੀ ਅਤੇ ਜਿਹੜੇ ਗਾਇਕ ਉਹਨਾਂ ਨੇ ਤਾਂ ਫਿਰ ਗਾਣਾ ਹੀ ਸੀਗਾ ਉਹੀ ਹਾਂਜੀ ਹਾਂਜੀ ਉਦੋਂ ਐਂ ਸੀ ਪਿੰਡਾਂ ਦੇ ਆਮ ਹਾਲਾਤਾਂ ਦੇ ਗੀਤ ਹੁੰਦੇ ਸੀਗੇ ਜੀ ਹੈ ਨਾ ਸੱਚਾਈ 'ਤੇ ਜ਼ਿਆਦਾ ਸੀਗੇ ਜਿਹਨੇ ਗੋਰਾ ਜੀ ਦੇ ਵੀ ਇੱਕ ਅਤੇ ਯਾਨੀ ਕਿ ਇੱਕ ਦੋ ਗੀਤ ਹੈਗੇ ਆ ਅੱਖਾਂ ਪੂੰਝਦਾ ਖੇਤ ਨੂੰ ਜਾਵਾਂ ਅੱਜ ਕੱਲ੍ਹ ਮੈਨੂੰ ਨਹੀਂ ਲੱਗਦਾ ਵੀ ਕੋਈ ਯਾਨੀ ਕਿ ਕੋਈ ਮੁੰਡਾ ਐਂ ਕਹੂਗਾ ਮੈਂ ਤੁਰ ਕੇ ਜਾਂਦਾ ਖੇਤ ਨੂੰ ਉਹਦੇ ਕੋਲ ਵੱਡਾ ਟਰੈਕਟਰ ਹੋਊਗਾ 10-12 ਲੱਖ ਦਾ ਵੱਡਾ ਐਂਪ ਲੱਗਿਆ ਹੋਊ ਮਗਰ ਅਤੇ ਉਹਦੇ ਲਈ ਤਾਂ ਸੁਣਨ ਨੂੰ ਵੀ ਵਧੀਆ ਨਹੀਂ ਨਾ ਲੱਗਣਾ ਤਾਂ ਹੀ ਮੇਰੇ ਖਿਆਲ 'ਚ ਪਸੰਦ ਵੀ ਨਹੀਂ ਅੱਜ ਕੱਲ੍ਹ ਕਰਦੇ ਕਿ ਉਸ ਦੌਰ ਦੇ ਜਿਹੜੇ ਹਕੀਕਤ ਹਾਂਜੀ 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 ਬਿਲਕੁਲ ਥੋੜ੍ਹੀ ਜਿਹੀ ਯਾਨੀ ਕਿ ਲਾ ਲਓ ਸ਼ੋਅਬਾਜ਼ੀ ਜ਼ਿਆਦਾ ਹੋਰ ਹਾਂਜੀ ਬਾਈ ਜੀ ਕੀ ਹਾਲ ਹੈ ਠੀਕ ਹੈ ਜੀ ਪਿੰਡ ਹੈ ਜੀ ਇਹ ਗੋਰੇ ਚੱਕ ਵਾਲੇ ਦਾ ਹੈ ਨਾ ਬੜੇ ਨਾਮੀ ਜਿਹੜੇ ਸਿੰਗਰ ਹੈਗੇ ਕਿੰਨਾ ਕੁ ਜਾਣਦੇ ਹੋ ਬਾਈ ਜੀ ਉਹਨਾਂ ਮੈਂ ਉਹ ਤੋਂ ਮੈਥੋਂ ਪੂਰੇ ਪੜ੍ਹਦੇ ਰਹੇ ਜੀ ਮਤਲਬ ਵੀ 2-3 ਕਲਾਸਾਂ ਅੱਛਾ ਮੇਰੇ ਕਲਾਸ ਵੱਲੋਂ ਹੀ ਰਹੇ ਮਤਲਬ ਪਹਿਲਾਂ ਕਿੱਥੋਂ ਦੀ ਪੜ੍ਹਾਈ ਉਹਨਾਂ ਦੀ ਉਹਨਾਂ ਦੀ ਸਰਕਾਰੀ ਸਕੂਲ ਚੱਕ ਰਾਮ ਸਿੰਘ ਕਿਹੜਾ ਪਿੰਡ ਚੱਕ ਰਾਮ ਸਿੰਘ ਵਾਲਾ ਜੀ ਮੈਂ ਵੀ ਉੱਥੇ ਪੜ੍ਹਦਾ ਰਹਿੰਦਾ ਅੱਛਾ ਉੱਥੇ ਠੀਕ ਹੈ ਜਦੋਂ ਸਕੂਲ ਜਾਂਦੇ ਸੀ ਕਦੇ ਲੱਗਿਆ ਸੀਗਾ ਕਿ ਇਹ ਜਿਹੜਾ ਮੇਰਾ ਸਾਥੀ ਹੈ ਜਾਂ ਮੇਰੇ 2 ਕਲਾਸ ਅੱਗੇ ਪੜ੍ਹਦਾ ਹੈਗਾ ਇਹ ਮੁੰਡਾ ਜਿਹੜਾ ਹੈਗਾ ਕਦੇ ਗਾਇਕ ਨਹੀਂ ਜੀ ਸਾਨੂੰ ਇਹਦਾ ਨਹੀਂ ਪਤਾ ਇਹ ਤਾਂ ਪਤਾ ਨਹੀਂ ਪਤਾ ਲੱਗਿਆ ਸੀ ਕੈਸਟ ਆਈ ਉਹਨਾਂ ਦੀ ਅੱਛਾ ਗਲੀਆਂ ਦਾਸ ਹੋ ਗਈਆਂ ਕਲਦੀਪ ਮਾਨਕ ਵੀ ਉਹਨਾਂ ਦੇ ਨਾਲ ਆਏ ਸਾਡੇ ਪਿੰਡ ਇੱਕ ਵਾਰੀ ਅੱਛਾ ਫਿਰ ਉਹਦੇ ਬਾਅਦ ਉਹਨਾਂ ਦੀ ਚੜ੍ਹਤ ਹੁੰਦੀ ਕਿਹੜਾ ਗੀਤ ਆਇਆ ਸੀ ਪਹਿਲਾਂ ਜਿਹੜਾ ਤੁਸੀਂ ਸੁਣਿਆ ਫਿਰ ਉਹਨਾਂ ਦਾ ਪਹਿਲਾਂ ਗਲੀਆਂ ਦਾਸ ਹੋ ਗਈਆਂ ਅੱਛਾ ਕੈਸਟ ਆਈ ਸੀ ਜੀ ਉਹਨਾਂ ਦੀ ਉਹਦੇ ਬਾਅਦ ਤਾਂ ਕੈਸਟਾਂ ਆਉਂਦੀਆਂ ਰਹੀਆਂ ਜੀ ਉਹਨਾਂ ਦੀਆਂ ਕਾਫੀ ਚੰਗੇ ਗਾਣੇ ਸਾਨੂੰ ਹਾਂ ਅਸੀਂ ਹੁਣ ਵੀ ਕੰਮ 'ਤੇ ਸੁਣਦੇ ਰਹੇ ਹਾਂ ਗਾਣੇ ਹੁਣ ਵੀ ਸੁਣਦੇ ਹਾਂ ਤਾਂ ਸੁਣਦੇ ਹੀ ਰਹਾਂਗੇ ਪਤਾ ਲੱਗਿਆ ਜੀ ਮਤਲਬ ਤੁਹਾਡੇ ਗੁਆਂਢੀ ਸੀਗੇ ਜੀ ਗੋਰੇ ਹਾਂਜੀ 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 ਵਧੀਆ ਬੰਦਾ ਸੀਗਾ ਜੀ ਅੱਛਾ ਹਾਂਜੀ ਅਤੇ ਫਿਰ ਕਿੰਨਾ ਚਿਰ ਹੋ ਗਿਆ ਜੀ ਇੱਥੋਂ ਛੱਡ ਕੇ ਗਏ ਇੱਥੋਂ ਤਾਂ ਹੋ ਗਏ ਹੋਣੇ ਮੇਰੇ ਖਿਆਲ 10 ਸਾਲ ਤੋਂ ਵੀ ਵੱਧ ਹੋ ਗਿਆ ਹੋਵੇ ਅੱਛਾ ਹਾਂਜੀ ਅਤੇ ਫਿਰ ਤੁਸੀਂ ਤਾਂ ਛੋਟੇ ਤੋਂ ਜਾਣਦੇ ਹੋ ਹਾਂਜੀ ਹਾਂਜੀ ਛੋਟੇ ਹਾਂਜੀ ਹਾਂਜੀ ਖੇਡਦੇ ਖੁੱਡਦੇ ਇਕੱਠੇ ਰਹੇ ਜੀ ਅਸੀਂ ਪਤੰਗ ਹਾਂਜੀ ਨਹੀਂ ਮੱਥੋਂ ਤਾਂ ਛੋਟਾ ਹੋਊਗਾ ਜੀ ਅੱਛਾ ਹਾਂ ਉਹ ਖੇਡਦੇ ਇਕੱਠੇ ਰਹੇ ਜੀ ਖੇਡਦੇ ਹੈ ਹਾਂਜੀ ਕੀ ਖੇਡਦੇ ਹੁੰਦੇ ਸੀ ਗੁੱਲੀ ਡੰਡਾ ਬਸ ਇਹੋ ਜਿਹਾ ਰਾਤ ਨੂੰ ਇੱਥੇ ਭੱਜੇ ਭੁੱਜੇ ਫਿਰਦੇ ਗਲੀਆਂ ਜੀ ਅੱਛਾ ਇੱਥੇ ਗਲੀ ਹੈ ਹਾਂਜੀ ਇੱਧਰਲੇ ਪਾਸੇ ਸੀ ਹਾਂ ਇੱਧਰ ਵੀ ਬਾਹਰ ਸੀਗਾ ਉਹਨਾਂ ਦਾ ਪਰੇ ਵੀ ਸੀਗਾ ਜੀ ਅੱਛਾ ਹਾਂ ਤੇ ਫਿਰ ਪਹਿਲਾਂ ਤਾਂ ਨਹੀਂ ਜਦੋਂ ਖੇਡਦੇ ਹੁੰਦੇ ਸੀ ਪਤਾ ਸੀਗਾ ਕਿ ਐਂ ਕਰਕੇ ਨਾ ਨਾ ਰਾਤ ਨੂੰ ਇੱਥੇ ਗਾਉਂਦਾ ਰਿਹਾ ਜੀ ਆ ਮਾਤਾ ਰਾਣੀ ਦਾ ਮੰਦਿਰ ਇੱਥੇ ਬਹਿ ਕੇ ਗਾਉਂਦਾ ਸੀ ਅਸੀਂ ਸੁਣਦੇ ਹੁੰਦੇ ਸੀ ਉਹਨੂੰ ਬਹਿ ਕੇ ਅੱਛਾ ਹਾਂ ਪਰ ਉਦੋਂ ਤਾਂ ਫਿਰ ਉਹ ਪਿੰਡ ਚੌਂਕੇ ਲਾ ਹਾਂ 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 ਅੱਖਾਂ ਮੀਚ ਕੇ ਗਾਉਂਦਾ ਰਿਹਾ ਅੱਛਾ ਹਾਂ ਸੰਗ ਦਾ ਅੱਛਾ ਸੰਗ ਵੀ ਆਉਂਦੀ ਸੀ ਹੈ ਫਿਰ ਉਹ ਕਾਇਸ਼ਟਾ ਕਰਨ ਲੱਗ ਗਿਆ ਅੱਛਾ ਹੌਲੀ ਹੌਲੀ ਤੱਕ ਤਰੱਕੀ ਕਰਕੇ ਪਿੰਡ 'ਚੋਂ ਫਿਰ ਵੱਗ ਗਿਆ ਸੀ ਤਦੋਂ ਹਾਂ ਫਿਰ ਆਏ ਕਦੇ ਮਿਲੇ ਉਸ ਤੋਂ ਬਾਅਦ ਕੋਈ ਆਉਂਦਾ ਰਹਿੰਦਾ ਜੀ ਇੱਥੇ ਮਿਲੇ ਹਾਂ ਤੇ ਫਿਰ ਯਾਦ ਕਰਦਾ ਪੁਰਾਣੇ ਦੋਸਤਾਂ ਨੂੰ ਸਾਰੇ ਹਾਂ ਹਾਂ ਅਸੀਂ ਵਾਹਣ ਵੂਹਣ ਵੀ ਬੰਨ੍ਹ ਰਹੇ ਹਾਂ ਉਹਦਾ ਠੇਕੇ 'ਤੇ ਅੱਛਾ ਅਤੇ ਆਪ ਵੀ ਕਰਦਾ ਸੀ ਖੇਤੀ ਦਾ ਕੰਮ ਕਰਨਾ ਕਰਦੇ ਰਹੇ ਜੀ ਇਹ ਕਈ ਸਾਲ ਇਹਨਾਂ ਨੇ ਵਾਹਣਾ ਆਪ ਵੀ ਵਾਹਿਆ ਅੱਛਾ ਹਾਂ ਤੁਹਾਡੇ ਜੀ ਇੱਥੇ ਗੋਰਾ ਚੱਕ ਵਾਲਾ ਨਾ ਬੜਾ ਨਾਮੀ ਜਿਹੜਾ ਗਾਇਕ ਹੈਗੇ ਕਿੰਨਾ ਕੁ ਜਾਣਦੇ ਹੋ ਜੀ ਤੁਸੀਂ ਦੇਖੋ ਜੀ ਉਹਦਾ ਇੱਥੋਂ ਦਾ ਜਨਮ ਆ ਇੱਥੇ ਉਹਦੀ ਰਹਿਸ਼ ਸੀ ਪਹਿਲਾਂ ਛੋਟੇ ਹੁੰਦਿਆਂ ਤੋਂ ਜਿਹੜੇ ਉਹਨਾਂ ਦੇ ਮਾਤਾ ਜੀ ਸੀ ਉਹ ਸਾਡੀ ਭੂਆ ਜੀ ਸੀ ਲੱਗਦੇ ਬਜ਼ੁਰਗ ਸੀਗੇ ਜਿਹੜੇ ਅਤੇ ਵੀ ਵਧੀਆ ਲੋਕਾਂ ਨਾਲ ਮਰਵਾਤਣ ਸੀ ਉਹਦਾ ਵਧੀਆ ਗਾਇਕ ਸੀ ਬਹੁਤ ਵਧੀਆ ਗਾਉਂਦਾ ਸੀ ਕਿਉਂ ਆਪਾਂ ਮਤਲਬ ਫੈਮਿਲੀ 'ਚ ਬਹਿ ਕੇ ਸੁਣ ਸਕਦੇ ਸੀ ਇਹੋ ਜਿਹੇ ਉਹਦੇ ਗੀਤ ਸੀ ਸੁਣਨ ਵਾਲੇ ਅਤੇ ਕੁਛ ਉਹ ਵਧੀਆ ਇਸ ਤਰ੍ਹਾਂ ਗਾਉਂਦਾ ਸੀ ਕਿਉਂ ਉਹਦੇ ਵਿੱਚ ਕੁਛ ਨਾ ਕੁਛ ਮਿਲਦਾ ਸੀ ਸਿੱਖਣ ਵਾਸਤੇ ਇਹੋ ਜਿਹੀ ਫੈਮਿਲੀ 'ਚ ਬਹਿ ਕੇ ਮਤਲਬ ਆਪਾਂ ਜਿਹੜੀਆਂ ਗੱਲਾਂ ਕਰਦੇ ਸੀ ਉਹ ਸਿੱਖਣ ਨੂੰ ਮਿਲਦੀਆਂ ਸੀਗੀਆਂ ਭੈਣ ਭਰਾਵਾਂ ਵਾਲੀ ਕੋਈ ਮਾਤਾ ਪਿਓ ਵਾਲੀ ਮਾਤਾ ਪਿਤਾ ਵਾਲੀ ਵੀ ਬਹੁਤ ਵਧੀਆ ਸੀ ਨਰਮ ਸੀ ਹਾਂ ਲੋਕਾਂ ਨਾਲ ਬਹੁਤ ਵਧੀਆ ਉਹਦੀ ਸਾਂਝ ਸੀ
ਜਦੋਂ ਪਿੰਡ 'ਚ ਰਹਿੰਦੇ ਸੀ। ਗੀਤਾਂ ਦੇ ਵਿੱਚ ਕਹਿੰਦੇ ਜੀ ਹਕੀਕਤ ਸੀਗੀ ਚਾਹੇ ਪਿੰਡੂ ਸੱਭਿਆਚਾਰ ਦੀ ਜਾਂ ਪਰਿਵਾਰ ਦੀ। ਹਾਂਜੀ ਹਾਂਜੀ, ਬਹੁਤ ਵਧੀਆ ਲੋਕਾਂ ਨਾਲ ਉਹਦਾ ਮਿਲਵਰਤਨ ਸੀਗਾ। ਜਦੋਂ ਦੇ ਸਮੇਂ ਦੀ ਚਲੇ ਗਏ ਸਾਨੂੰ ਐਂ ਲੱਗਦਾ ਵੀ ਕੁਛ ਸਾਡੇ ਪਿੰਡੋਂ ਚਲਾ ਗਿਆ। ਜਦੋਂ ਕੋਈ ਲੋਹੜੀ ਦਿਵਾਲੀ ਹੁੰਦੀ ਸੀ ਉਦੋਂ ਲੋਕਾਂ 'ਚ ਉਹ ਆਉਂਦੇ ਸੀ, ਲੋਹੜੀ ਦਿਵਾਲੀ ਵੀ ਵੰਡ ਕੇ ਜਾਂਦੇ ਸੀ, ਲੋਕਾਂ ਨਾਲ ਆਪਦੀ ਸਾਂਝ ਵੀ ਰੱਖਦੇ ਸੀ ਵੀ ਲੋਹੜੀ ਦਿਵਾਲੀ ਮੈਂ ਇੱਥੇ ਪਿੰਡ ਮਨਾਉਣ ਆਇਆ ਸ਼ਹਿਰ ਛੱਡ ਕੇ। ਵੀ ਬਹੁਤ ਵਧੀਆ ਸਾਨੂੰ ਲੱਗਦਾ ਸੀ ਉਹਦੇ ਨਾਲ ਵੀ ਮਿਲਵਰਤਨ, ਕੁੜੀਆਂ ਨਾਲ ਕੁੜੀਆਂ ਵਰਗਾ, ਬੁੜਿਆਂ ਨਾਲ ਬੁੜਿਆਂ ਵਰਗਾ। ਹਾਂ ਲੈਣਾ ਆਪਣੇ ਆਪ ਨੂੰ ਆਉਂਦੀ ਸੀ ਜੀ। ਹਾਂ ਬਹੁਤ ਵਧੀਆ। ਅੱਜ ਕੱਲ੍ਹ ਦੇ ਤਾਂ ਗੀਤ ਨਹੀਂ ਆਪਾਂ ਸੁਣ ਸਕਦੇ ਕਰਾਂ ਜੀ। ਹਾਂ ਹੁਣ ਤਾਂ ਜੀ ਇੰਨਾ ਸੱਭਿਆਚਾਰ ਗੰਧਲ ਚੁੱਕਿਆ, ਆਪਾਂ ਨੂੰ ਬੈਠ ਕੇ ਕੁਛ ਤਾਂ ਮੌਕਾ ਹੀ ਨਹੀਂ ਛੱਡਿਆ ਸਰਕਾਰਾਂ ਨੇ, ਅਤੇ ਕੁਛ ਜੀ ਉਹ ਸੁਣਨ ਵਾਲਾ ਵੀ ਨਹੀਂ। ਲੱਤਾਂ ਮਾਹਾਂ ਮਾਰੀ ਜਾਣੀਆਂ, 100-100 ਜਣਾ ਇਕੱਠਾ ਕਰ ਲੈਣਾ ਇੱਕ ਗੀਤ, ਰਫਲਾਂ ਚੱਕ ਲੈਣੀਆਂ, ਬਸੌਲ ਚੱਕ ਲੈਣੇ, ਇਹ ਕੋਈ ਸੱਭਿਆਚਾਰ ਨਹੀਂ ਹੈ, ਇਹ ਸੱਭਿਆਚਾਰ ਨਹੀਂਗਾ। ਇਹ ਤਾਂ ਫਿਰ ਪੁੱਠੇ ਪਾਸੇ ਲੈ ਕੇ ਜਾਏ। ਹੁਣ ਦੇਖੋ ਜੀ ਕਹਿਣਾ ਤਾਂ ਨਹੀਂ ਚਾਹੀਦਾ। ਅਸੀਂ ਜਿਹੜੇ ਗੀਤਕਾਰ ਹੁੰਦੇ ਸੀ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਆਪਣੀ ਭੂਮਿਕਾ ਨਿਭਾਉਂਦੇ ਸੀ, ਯੋਗਦਾਨ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਣ ਵਾਲੇ, ਹੈ ਨਾ, ਆਪਦੇ ਗੀਤਾਂ ਦੇ ਰਾਹੀਂ, ਅਤੇ ਲੋਕ ਸੁਣਦੇ ਸੀ ਅਤੇ ਉਹਨਾਂ ਦੇ ਦਿਮਾਗ 'ਤੇ ਅਸਰ ਵੀ ਕਰਦਾ ਸੀ। ਕਰਦਾ ਸੀ ਜੀ, ਉਹ ਸੱਭਿਆਚਾਰ ਬਹੁਤ ਵਧੀਆ ਸੀ ਜਿਹੜਾ ਸਾਡਾ ਪਿਛਲਾ ਸੱਭਿਆਚਾਰ ਸੀ ਜੀ। ਉਹ ਨੌਜਵਾਨਾਂ ਨੂੰ ਇਹੀ ਚੀਜ਼ਾਂ ਦੱਸਦਾ ਸੀ ਵੀ ਤੁਹਾਡੇ ਵਾਸਤੇ ਸਹੀ ਨਿਵੇਕਲਾ ਰਾਹ ਕਿਹੜਾ, ਉਸ ਪਾਸੇ ਲਿਆਉਂਦਾ ਸੀ, ਕਿਉਂ ਉਹ 'ਚ ਮਾਂ ਭੈਣ ਦੇ ਗੀਤ ਹਕੀਕਤਾਂ ਜਿਹੜੀਆਂ ਉਹ ਬਿਆਨ ਕਰਦੇ ਸੀ। ਤੁਹਾਡੇ ਪਿੰਡ ਦਾ ਜੀ ਗੋਰਾ ਚੱਕ ਵਾਲਾ ਬੜਾ ਨਾਮੀ ਗਾਇਕ ਹੈ ਜੀ। ਹਾਂ, ਅਤੇ ਫਿਰ ਕਿਵੇਂ ਰਹੇ, ਕਿੰਨਾ ਕੁ ਜਾਣਦੇ ਹੋ ਤੁਸੀਂ ਉਹਨਾਂ ਨੂੰ? ਜਮਾਂ ਸਾਡੇ ਨਾਲ ਨਾਲ ਹੀ ਰਹੇ, ਇਕੱਠੇ ਹੋ ਕੇ ਰਹੇ ਹਾਂ, ਪਿੰਡੇ ਚਲੇ ਗਏ। ਬਹੁਤ ਵਧੀਆ ਲਿਖਾਰੀ ਵੀ ਪੂਰਾ, ਕਲਾਕਾਰ ਵੀ ਪੂਰਾ ਵਧੀਆ, ਬਹੁਤ ਵਧੀਆ। ਪਰਿਵਾਰ 'ਚ ਕੌਣ ਕੌਣ ਸੇ ਹੈ ਜੀ ਉਹਨਾਂ ਦੇ? ਸਾਰਾ ਜਦੋਂ ਇੱਥੇ ਹੁੰਦਾ ਸੀ ਇਕੱਠਾ ਇਕੱਠੇ, ਦਾਦਾ ਦਾਦੀ ਵੀ ਸੀ ਇੱਥੇ ਉਹਦੇ। ਅੱਛਾ ਜੀ। ਮਾਤਾ ਪਿਤਾ ਮੌਤ ਹੋ ਗਈ ਸੀ ਪਹਿਲਾਂ। ਅੱਛਾ। ਪਿਤਾ ਸੀਗਾ ਉਹਨਾਂ ਦਾ ਫੌਜ ਸੀ। ਠੀਕ ਹੈ। ਅਤੇ ਵੱਡਾ ਭਾਈ ਜੱਗਾ, ਉਹਦੇ ਬੱਚੇ ਇਕੱਠੇ ਸੀ ਸਾਰੇ ਇੱਥੇ। ਉਹਨੇ ਇੱਕ ਗੀਤ ਗਾਇਆ ਵੀ ਇਹ ਤਾਂ ਚੱਕ ਵਾਲਾ ਗੋਰਾ ਰੋਵੇ ਮਾਂ ਜਦ ਚੇਤੇ ਆਵੇ, ਉਹਦੀ ਛੋਟੇ ਜਿਹੇ ਹੁੰਦੇ ਦੀ ਮਾਂ ਐਕਸਪਾਇਰ ਹੋ ਗਈ ਸੀ, ਛੋਟਾ ਹੀ ਸੀ ਉਦੋਂ ਉਹ, ਫਿਰ ਉਹ ਦਾਦਾ ਦਾਦੀ ਨੇ ਪਾਲਿਆ, ਪਿਓ ਨੇ ਪਾਲਿਆ, ਪਿਓ ਉਹਦਾ ਫੌਜ ਦੇ ਵਿੱਚ ਸੀਗਾ, ਮਤਲਬ ਸਰਵਿਸ ਕਰਦਾ ਸੀ। ਜਾਣੀ ਘਰ ਦੀ ਜਿਹੜੀ ਆਰਥਿਕ ਹਾਲਤ ਆ ਉਹ ਵੀ ਬਹੁਤੀ ਚੰਗੀ ਨਹੀਂ ਸੀ, ਕਿਉਂਕਿ ਜ਼ਮੀਨ ਜ਼ਿਆਦਾ ਨਹੀਂ ਸੀ, ਵਿਚਾਰਾ ਰੁੜ ਖੁੜ ਕੇ ਪਲਿਆ, ਅਤੇ ਲੋਕਾਂ ਨੂੰ ਉਮੀਦ ਨਹੀਂ ਸੀ ਵੀ ਐਡਾ ਵੱਡਾ ਕਲਾਕਾਰ ਬਣੂਗਾ। ਬਹੁਤ ਵੱਡਾ ਕਲਾਕਾਰ ਹੈ, ਸਾਨੂੰ ਉਹ 'ਤੇ ਬਹੁਤ ਮਾਣ ਹੈ। ਹਾਂਜੀ, ਸਰੀਫ ਵੀ ਬਹੁਤ, ਹਰੇਕ ਬਹੁਤ ਵਧੀਆ ਗਾਇਕੀ ਹੈ ਜੀ, ਲੋਕ ਅੱਜ ਵੀ ਜਿਹੜਾ ਸੁਣਦੇ ਆ। ਸੁਭਾਅ ਪੱਖੋਂ ਬਹੁਤ ਵਧੀਆ ਜੀ, ਨਰਮ ਹੈ, ਪਿੰਡ ਦੇ ਵਿੱਚ ਹਰੇਕ ਦੇ ਦੁੱਖ ਦੇ ਸੁੱਖ ਦੇ ਆਉਂਦਾ ਹੈ, ਕੋਈ ਕਿਸੇ ਦੇ ਦੁੱਖ ਦਾ ਸੁੱਖ ਦਾ ਵਿਆਹ ਉਹਦੇ ਵਿੱਚ ਆਉਂਦਾ ਜੀ, ਅਤੇ ਮਹਿਫਲ ਦੇ ਵਿੱਚ ਬਹਿੰਦਾ, ਜਿੰਨਾ ਜਿਹੜਾ ਕੋਈ ਗਾਣਾ ਕਹਿ ਦੀਏ ਸਾਨੂੰ ਸੁਣਾ। ਹਾਂਜੀ ਹਾਂਜੀ, ਹੁਣ ਵੀ ਮਿਲਦੇ ਆ ਤੁਹਾਨੂੰ? ਹਾਂਜੀ ਹਾਂਜੀ, ਹੁਣ ਵੀ ਮਿਲਦੇ। ਹੁਣ ਗਾਣੇ ਕਿਹੜੇ ਸੁਣਦੇ ਹੋ ਤੁਸੀਂ? ਬਸ ਉਹ ਇੱਕ ਦਿਨ ਲੋਹੜੀ 'ਤੇ ਅਸੀਂ ਬੈਠੇ ਸੀਗੇ, ਮੈਂ ਕਿਹਾ ਗੋਰੇ ਕੋਈ ਗਾਣਾ, ਉਹ ਕਹਿੰਦਾ ਅੱਜ ਮੇਰਾ ਠੀਕ ਨਹੀਂ, ਕਹਿੰਦਾ ਇਹਨਾਂ ਦਿਨਾਂ ਦੇ ਵਿੱਚ ਮੇਰੀ ਮਾਂ ਐਕਸਪਾਇਰ ਹੋਈ ਸੀ। ਅੱਛਾ। ਫਿਰ ਉਹਨੇ ਉਹ ਸਾਨੂੰ ਗੀਤ ਸੁਣਾਇਆ, ਇਹ ਤਾਂ ਚੱਕ ਵਾਲਾ ਗੋਰਾ ਰੋਵੇ ਮਾਂ ਜਦ ਚੇਤੇ ਆਵੇ, ਸਾਨੂੰ ਅਸੀਂ ਵੀ ਨਾਲ ਉਹਦੇ ਭਾਵ ਹੋਵੇ। ਬਿਲਕੁਲ ਹੈ ਜੀ, ਮਾਂ ਦਾ ਵਿਛੋੜਾ ਜਿਹੜਾ ਹੈਗਾ ਤਾਂ ਕਦੇ ਨਹੀਂ ਪੂਰਾ ਹੋ ਸਕਦਾ। ਹਾਂਜੀ ਹਾਂਜੀ, ਵਧੀਆ ਪਰਿਵਾਰ ਹੈ ਜੀ, ਸ਼ਰੀਫ ਪਰਿਵਾਰ ਹੈ, ਇਹਦਾ ਵੱਡਾ ਬ੍ਰਦਰ ਜਗਜੀਤ ਜੱਗਾ। ਹਾਂ, ਕਹਿੰਦੇ ਜੀ ਉਹਨਾਂ ਨੇ ਵੀ ਬੜੀ ਸਪੋਰਟ ਕੀਤੀ ਸੀਗੀ, ਬਹੁਤ ਵਧੀਆ ਜੀ ਨਾਲ ਰਹੇ ਹੈ। ਹਾਂ, ਜਿੰਨੇ ਪ੍ਰੋਗਰਾਮ ਅਟੈਂਡ ਕਰਦਾ ਸੀ ਇਹ ਮਤਲਬ ਜੱਗਾ ਹੀ ਕਰਦਾ ਸੀ, ਜੱਗੇ ਦਾ ਯੋਗਦਾਨ ਹੈ ਜੀ। ਪਹਿਲਾਂ ਲੱਗਦਾ ਤਾਂ ਨਹੀਂ ਸੀਗਾ ਜੀ ਕਿ ਗਾਇਕੀ ਵੱਲ ਜਾਊਗਾ ਜਾਂ ਹੋਰ ਕੋਈ ਸੀਗਾ ਇਹਦਾ? ਪਹਿਲਾਂ ਛੋਟੇ ਹੁੰਦੇ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਨਹੀਂ ਸੀ ਵੀ ਇਹ ਵੱਡਾ ਹੋ ਕੇ ਕਲਾਕਾਰ ਬਣੋ, ਇਹ ਤਾਂ ਬਸ ਮੱਥੇ ਦੀ ਤਕਦੀਰ ਹੈ ਜੀ, ਕਿਸਮਤ ਹੈ। ਹੁਣ ਉਹਨੇ ਸਾਡਾ ਜੇ ਅਸੀਂ ਕਹਿ ਰਹੀਏ ਹਿੰਦੁਸਤਾਨ ਦੇ ਵਿੱਚ ਨਾਵਾਂ, ਪੰਜਾਬ ਦੇ ਵਿੱਚ ਨਹੀਂ, ਸਾਰੀਆਂ ਸਟੇਟਾਂ ਦੇ ਵਿੱਚ ਹੀ ਗੋਰਾ ਚੱਕ ਵਾਲਾ, ਗੋਰਾ ਚੱਕ ਵਾਲਾ ਸਾਡਾ ਪਿੰਡ ਉਹਨੇ ਮਸ਼ਹੂਰ ਕੀਤਾ। ਹਾਂਜੀ, ਕਹਿੰਦਾ ਜੀ ਇਹ ਛੋਟੇ ਹੁੰਦੇ ਵੀ ਬੜਾ ਗੋਰਿਆ ਸੀ ਤਾਂ ਹੀ ਇਹਨੂੰ ਗੋਰਾ ਗੋਰਾ। ਹਾਂ, ਨਾ ਤਾਂ ਇਹਦਾ ਸ਼ਾਇਦ ਕੁਛ ਹੋਰ ਹੋਊ ਜੀ, ਨਾ ਕਿ ਨਾ ਉਹਦਾ ਗੁਰਪ੍ਰੀਤ ਹੈ ਜੀ, ਸੋਹਣਾ ਸੀ ਉਹਦਾ ਨਾ, ਫਿਰ ਗੋਰਾ ਗੋਰਾ ਰੱਖਦਾ। ਬਾਕੀ ਅੱਜ ਵੀ ਚਲੋ ਚਲੋ ਗੋਰੇ ਰੰਗ ਦਾ ਕਹਿੰਦੇ ਕਿ ਗੋਰੇ ਰੰਗ ਦਾ ਅਸਰ ਅੱਜ ਵੀ ਨਜ਼ਰ ਆ ਰਿਹਾ ਕਿ ਜਿਹੜਾ ਫਤਿਹ ਚੱਕ ਵਾਲਾ ਜਿਹੜਾ ਚਮਕ ਰਿਹਾ ਪੂਰਾ ਹੈ। ਬਿਲਕੁਲ ਬਿਲਕੁਲ ਜੀ, ਬਹੁਤ ਸ਼ਰੀਫ ਹੈ ਜੀ, ਜਦੋਂ ਵੀ ਆਉਂਦਾ ਇੱਥੇ ਸਾਡੇ ਕੋਲ ਆ ਕੇ ਜਾਂਦਾ, ਮਿਲ ਕੇ ਜਾਂਦਾ, ਗੱਲਾਂ ਬਾਤਾਂ, ਅਸੀਂ ਜਥੇਬੰਦੀ 'ਚ ਕੰਮ ਕਰਦੇ ਹਾਂ, ਕੋਈ ਫੰਡ ਲੈਣਾ ਲਓ ਜੀ ਦੱਸੋ ਕਿੰਨਾ ਜੀ ਫੰਡ ਵਗੈਰਾ, ਦਿਲ ਖੋਲ੍ਹ ਕੇ ਦਿੰਦਾ ਜੀ, ਕੋਈ ਕਿਸਾਨੀ ਅੰਦੋਲਨ 'ਚ ਵੀ ਬਹੁਤ ਯੋਗਦਾਨ ਦਿੱਤਾ। ਹਾਂ, ਵਧੀਆ ਰਿਹਾ ਜੀ, ਫੰਡ ਵਗੈਰਾ ਚਲੋ ਤਾਂ ਉਹਨੂੰ ਆਪਦੇ ਅਲਝੇਵੇਂ ਹੈ, ਸਾਡੇ ਨਾਲ ਤਾਂ ਉਹ ਦਿੱਲੀ ਦੇ ਵਿੱਚ ਨਹੀਂ ਜਾ ਸਕਿਆ, ਪਰ ਉਹਨੇ ਸਾਨੂੰ ਕਿਹਾ ਵੀ ਅਸੀਂ ਵੀ ਜਿੰਨਾ ਤੁਹਾਨੂੰ ਫੰਡ ਦੀ ਲੋੜ ਹੈ ਮੈਥੋਂ ਫੰਡ ਆ ਕੇ ਲੈ। ਚਲੋ ਇਹ ਵੀ ਯੋਗਦਾਨ ਹੈ ਜੀ, ਨਹੀਂ ਬੰਦਾ। ਹਾਂ ਚਲੋ, ਜੇ ਕੋਈ ਬੰਦਾ ਆਪ ਨਹੀਂ ਜਾ ਸਕਦਾ ਤਾਂ ਆਪਾਂ ਤਾਂ ਮਦਦ ਹੀ ਕਰਨੀ ਹੈ, ਕਿਸੇ ਵੀ ਤਰੀਕੇ ਨਾਲ ਹੋ ਜਾਂਦੀ ਹੈ।
ਬੰਦਿਆਂ ਵਾਲਾ ਬੰਦਿਆਂ ਦੀ ਮਦਦ ਕਰੂਗਾ, ਜਿਹਦੇ ਕੋਲ 4 ਰੁਪਈਆ ਉਹ 4 ਰੁਪਈਆ ਨਾ ਕਰ ਦੂਗਾ ਜੀ। ਸ਼ਾਇਦ ਇਹੀ ਕਾਰਨ ਹੈ ਕਿ ਜੀ ਇੰਨੇ ਲੰਬੇ ਸਮੇਂ ਤੋਂ ਬਾਅਦ ਜਿਹੜਾ ਇੱਕ ਫਤਿਹ ਹਾਸਲ ਕੀਤੀ। ਬਹੁਤ ਵਧੀਆ, ਹਾਂਜੀ ਇਹੀ ਕਾਰਨ ਹੈ ਜੀ। ਸ਼ਰਾਫਤ ਬਹੁਤ ਵਧੀਆ ਜੀ। ਫਿਰ ਜਦੋਂ ਅੱਜ ਵੀ ਆਉਂਦਾ ਤਾਂ ਫਿਰ ਲੋਕ ਜਾਂਦੇ ਸਾਰੇ? ਹਾਂਜੀ 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 ਹਾਂਜੀ, ਮਿਲ ਕੇ ਸਾਰਿਆਂ ਨੂੰ ਇੱਥੇ ਆਉਂਦਾ, ਸਾਡੇ ਕੋਲ ਬਹਿ ਕੇ ਜਾਂਦਾ ਜੀ। ਬਾਈ ਜੀ, ਵੀਰ ਜੀ, ਭਰਾ ਜੀ, ਜਿਹੋ ਜਿਹਾ ਉਹਦਾ ਕੋਈ ਲੱਗਦਾ ਹੈ ਇੱਥੇ, ਕੋਈ ਜ਼ਿਮੀਦਾਰ ਆਇਆ ਨਹੀਂ। ਅੱਛਾ, ਕੋਈ ਫਰਕ ਨਹੀਂ? ਕੋਈ ਫਰਕ ਨਹੀਂ, ਵਿਹੜੇ ਵਾਲੇ ਬੜਾ ਪਿਆਰ ਕਰਦੇ ਸਮਾਂ ਤੋਂ, ਉਹਨਾਂ ਦਾ ਬਹੁਤ ਜ਼ਿਆਦੇ, ਸਾਰੇ ਪਰਿਵਾਰਾਂ ਨੂੰ ਮਿਲ ਕੇ ਜਾਂਦਾ ਜੀ। ਪਿੰਡ ਦੇ ਬੰਦੇ 'ਤੇ ਪੂਰਾ ਮਾਣ ਹੁੰਦਾ ਵੀ ਸਾਡੇ ਪਿੰਡ ਦਾ ਕਲਾਕਾਰ ਹੈ। ਸਹੀ ਹੈ ਜੀ। ਹੁਣ ਸਾਨੂੰ ਮਾਣ ਹੈ ਵੀ ਗੋਰਾ ਤੁਹਾਡੇ ਪਿੰਡ ਦਾ? ਹਾਂ, ਸਾਡੇ ਪਿੰਡ ਦਾ ਪੰਡਤ ਦਾ ਮੁੰਡਾ, ਬਹੁਤ ਮਾਣ ਹੈ। ਫਿਰ ਜਦੋਂ ਮੰਡੀ ਜਾਂਦੇ ਹਾਂ ਸਮਾਨ ਲੈਣ ਜਾਂ ਹੋਰ ਕੋਈ ਖੇਤੀ ਦੇ ਕੰਮ, ਉਦੋਂ ਫਿਰ ਲੋਕ ਜਦੋਂ ਦੱਸਦੇ ਹਾਂ ਜੀ ਅਸੀਂ ਉੱਥੋਂ ਫਤਿਹ ਚੱਕ ਵਾਲਾ ਦੇ, ਤਾਂ ਫਿਰ ਕੀ ਤੁਹਾਨੂੰ ਕਿਵੇਂ ਜਾ ਫਿਰ ਕਹਿੰਦੇ ਆ ਕਿ ਯਾਰ ਤੂੰ ਗੋਰੇ ਦੇ? ਪੁੱਛ ਲੈਂਦੇ ਆ ਕੋਈ ਬੰਦੇ, ਅਸੀਂ ਕਹਿ ਦਿੰਦੇ ਹਾਂ ਕਲਾਕਾਰ ਸਾਡੇ ਪਿੰਡ ਦਾ ਮੁੰਡਾ। ਅੱਛਾ, ਪੁੱਛਦੇ ਸੀਗੇ ਵੀ ਬਾਦਲ ਸਾਹਿਬ ਵਿਆਹੇ ਵਿਆ, ਵੀ ਬਾਦਲ ਸਾਹਿਬ ਦੇ ਸਹੁਰੇ ਦੇ ਨਾਲ ਦੇ ਨਾਲ ਨਾਲ ਜਾਣਿਆ ਜਾਂਦਾ ਸੀਗਾ। ਹੁਣ ਜਦੋਂ ਕੋਈ ਕਰਦਾ ਹੁਣ ਗੋਰੇ ਦੇ ਚੱਕ ਗੋਰਾ ਚੱਕ ਵਾਲੇ ਦੇ ਨਾਲ ਜਾਣਿਆ ਜਾਂਦਾ। ਕਹਿੰਦੇ ਗਾਇਕੀ ਬੜੀ ਸੱਭਿਆਚਾਰ ਵਾਲੀ ਸੀਗੀ, ਵਿਰਾਸਤ ਦੇ ਨਾਲ ਜੁੜੀ ਸੀਗੀ, ਵਧੀਆ ਗਾ ਕੇ ਕਲਚਰ ਜਿਹੜਾ ਆਪਣਾ ਹੈਗਾ ਪੇਂਡੂ ਬੱਚੋ ਉਹਦੇ ਨਾਲ ਜੁੜੀ ਹੋਈ ਸੀ। ਹਾਂ, ਠੀਕ ਸੀ, ਵਧੀਆ, ਕੋਈ ਉਹਨੇ ਬਹੁਤ ਵਧੀਆ ਜੀ, ਐਂ ਲਚਕਰ ਗੀਤ ਨਹੀਂ ਗਾਏ, ਜਿੰਨੇ ਗੀਤ ਗਾਏ ਸੱਭਿਆਚਾਰਕ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਗੀਤ। ਲਿਖਣ ਪਹਿਲਾਂ ਲੱਗਿਆ, ਸੌਣ ਤੋਂ ਬਾਅਦ ਲੱਗਿਆ? ਹਾਂ, ਲਿਖਣ ਪਹਿਲਾਂ ਲੱਗਿਆ ਜੀ, ਉਹ ਲਿਖਣ ਪਹਿਲਾਂ ਲੱਗਿਆ ਅਤੇ ਗਾਏ ਮਗਰੋਂ ਹੈ। ਉਹ ਮੋਟਰ 'ਤੇ ਜਾ ਕੇ ਆਪਦਾ ਉਹ ਰਿਆਜ਼ ਕਰਦਾ ਸੀਗਾ, ਮੁੰਡਿਆਂ ਨਾਲ ਜਾ ਕੇ ਮੋਟਰ 'ਤੇ ਜਾ ਕੇ ਰਿਆਜ਼ ਕਰਦਾ, ਐਂ ਪੂਰਾ ਦੇਖ ਨਹੀਂ ਸੀ ਕਿ ਮਤਲਬ ਇੱਥੋਂ ਤੱਕ ਪਹੁੰਚ। ਹਾਂ ਜੀ, ਇੰਨਾ ਨਹੀਂ ਪਤਾ ਜੀ ਵੀ ਇੱਥੋਂ ਤੱਕ ਪਹੁੰਚ ਜੂਗਾ, ਹੁਣ ਜਦੋਂ ਪਹੁੰਚ ਗਿਆ ਗਾ ਪਰਮਾਤਮਾ ਵੀ ਸਾਥ ਦਿੰਦਾ ਜੀ ਮਾੜਾ ਮੋਟਾ। ਮੇਰੇ ਨਾਲ ਹੀ ਪੜ੍ਹਦਾ ਹੁੰਦਾ ਜੀ ਗੋਰਾ ਜੀ, ਇਕੱਠੀ ਕਲਾਸ ਪੜ੍ਹਦੇ ਨੇ? ਅੱਛਾ, ਇੱਕ ਹੀ ਕਲਾਸ ਸੀ? ਇੱਕ ਕਲਾਸ 'ਚ ਜੀ। ਹਾਂਜੀ, ਕਿਹੜੀ ਕਲਾਸ 'ਚ ਸੀ ਬਾਈ? ਅਸੀਂ ਤਾਂ ਮੈਟ੍ਰਿਕ ਤੱਕ ਕੀਤੀ ਇੱਥੇ। ਇੱਥੇ? ਹਾਂਜੀ। ਕਿਹੜੇ ਸਕੂਲ ਸੀਗਾ ਜੀ? ਚੱਕਰਾਮ ਸਿੰਘ ਵਾਲਾ ਸੀ। ਅੱਛਾ, ਹਾਂਜੀ। ਆਪਣੇ ਇੱਥੇ ਨਹੀਂ ਸੀਗਾ ਕਹਿੰਦੇ ਨਾ ਸਕੂਲ? ਨਹੀਂ, ਇੱਥੇ ਪੰਜਵੀਂ ਤੱਕ ਸੀ ਜੀ। ਪੰਜਵੀਂ ਤੱਕ, ਪਹਿਲੀ ਤੋਂ ਪੰਜਵੀਂ ਤੱਕ, ਛੇਵੀਂ ਕਲਾਸ ਉੱਥੇ ਹੋ ਜਾਂਦੀ ਤੁਹਾਨੂੰ? ਠੀਕ ਹੈ। ਚੱਕਰਾਮ ਸਿੰਘ ਵਾਲੇ ਤੇ ਪਹਿਲਾਂ ਤੁਹਾਨੂੰ ਪਤਾ ਸੀ ਤੁਹਾਡੇ ਨਾਲ ਜਿਹੜਾ ਤੁਹਾਡਾ ਬੇਲੀ ਹੈਗਾ? ਮਾੜਾ ਮੋਟਾ ਗਾਉਂਦਾ ਰਹਿੰਦਾ ਸੀਗਾ ਜੀ ਉੱਥੇ। ਅੱਛਾ, ਸਕੂਲ 'ਚ ਗਾਉਂਦਾ ਰਹਿੰਦਾ ਸੀ। ਤੇ ਵਧੀਆ, ਉਦੋਂ ਗਾਇਕੀ ਉਦੋਂ ਤਾਂ ਐਂ ਹੁੰਦਾ ਕਿ ਸਾਰੇ ਗਾਉਂਦੇ ਆ ਨਾ? ਹਾਂਜੀ ਹਾਂਜੀ, ਉਸ ਉਮਰ 'ਚ। ਹਾਂਜੀ ਹਾਂਜੀ। ਤੇ ਫਿਰ ਕਦੋਂ ਪਤਾ ਲੱਗਿਆ ਕਿ ਪੂਰਾ ਖੈਕ ਮਾਰ ਗਿਆ? ਇਹ ਬਾਅਦ 'ਚ ਇੱਥੇ ਪਿੰਡ 'ਚ ਗਾਉਣ ਲੱਗ ਗਿਆ ਮੇਰੇ, ਚਲੋ ਮਲਕਾਰ ਸਿੰਧੂ ਨਾਲ ਰਿਹਾ ਇਹ। ਅੱਛਾ, ਉਹ ਉਹਨੇ ਜਾਂਦੇ ਪ੍ਰੈਕਟਿਸ ਕਰਦੇ ਰਹਿੰਦੇ ਸੀਗੇ, ਫਿਰ ਦੋਨੇ ਕਲਾਕਾਰ ਬਣ ਗਏ ਬੰਦੇ ਬੰਦੇ ਗਏ। ਅੱਛਾ, ਹਾਂਜੀ, ਵਧੀਆ ਗੀਤ ਹੈ ਜੀ। ਹਾਂਜੀ ਹਾਂਜੀ, ਬਹੁਤ ਵਧੀਆ। ਬਾਈ ਜੀ, ਤੁਸੀਂ ਕਿੰਨਾ ਕੁ ਜਾਣਦੇ ਹੋ? ਕਹਿੰਦੇ ਜੀ ਤੁਹਾਡੇ ਪਿੰਡ ਦਾ ਜਿਹੜੇ ਇੱਕ ਬੜੀ ਸ਼ਾਨ ਹੈ। ਬਸ ਮੈਥੋਂ ਇੱਕ ਤੋਂ ਇੱਕ ਕਲਾਸ ਪਿੱਛੇ ਸੀਗਾ ਜੀ। ਅੱਛਾ, ਇਹ ਮੇਰਾ ਛੋਟਾ ਬ੍ਰਦਰ ਹੈ ਜੀ, ਇਹਨਾਂ ਦੇ ਨਾਲ ਪੜ੍ਹਦੇ ਰਹੇ ਹੈ ਜੀ। ਤੇ ਬੜਾ ਕੁਝ ਤੁਸੀਂ ਜਾਣਦੇ ਉਹਨਾਂ ਦੇ ਜ਼ਿੰਦਗੀ ਬਾਰੇ? ਹੈ, ਬਹੁਤ ਵਧੀਆ, ਸੋਹਣਾ ਜਾਣਦੇ ਹਾਂ ਜੀ। ਸਾਡਾ ਗਵਾਂਢੀ ਸੀ ਨਾ ਬਚਪਨ ਤੋਂ ਜੀ, ਇਕੱਠੇ ਖੇਡਦੇ, ਇਕੱਠੇ ਖੇਡਾਂ ਦੇ ਵਿੱਚ, ਮਤਲਬ ਆਪਸ ਵਿੱਚ ਚੰਗਾ ਭੱਜ ਦੌੜ ਕਰਦੇ ਸੀਗੇ ਪਰਿਵਾਰਾਂ ਦੇ ਵਿੱਚ। ਖੇਡਾਂ ਕੀ ਹੁੰਦੀਆਂ ਸੀ ਜੀ? ਹੁਣ ਤਾਂ ਬੜਾ ਕੁਝ ਆ ਗਿਆ। ਪਹਿਲਾਂ ਗੁੱਲੀ ਡੰਡਾ ਜੀ, ਦਾਈ ਦੁੱਕੜਾ ਗਲੀਆਂ 'ਚ ਖੇਡਦੇ, ਫਿਰ ਨਾ ਭਜੇ ਜਾਂਦੇ, ਛੱਪੜਾਂ ਦੇ ਵਿੱਚ ਨਹਾਉਣਾ। ਬਚਪਨ ਸਾਡਾ ਬਹੁਤ ਵਧੀਆ ਸੋਹਣਾ ਸੀ ਜੀ। ਪਹਿਲਾਂ ਖੇਡ ਜਦੋਂ ਖੇਡਦੇ ਸੀ ਉਦੋਂ ਫਿਰ ਗੋਰਨ ਭਜਾਇਆ ਕਾਫੀ? ਹਾਂਜੀ ਹਾਂਜੀ ਹਾਂਜੀ, ਮੌਜਾਂ ਮਾਰਦੇ ਸੀ ਜੀ, ਬਹੁਤ ਵਧੀਆ। ਹਾਂਜੀ ਹਾਂਜੀ, ਕਹਿੰਦੇ ਟਾਈਮ ਵੀ ਬਹੁਤ ਵਧੀਆ ਸੀ ਜਿਹੜਾ ਉਹ ਵਾਲਾ ਸੀ? ਉਹ ਟਾਈਮ ਤਾਂ ਜੀ ਮੁੜ ਕੇ ਲੱਭਣਾ ਨਹੀਂ ਜੀ, ਉਹ ਟਾਈਮ ਨੂੰ ਤਾਂ ਹੁਣ ਵੀ ਮਤਲਬ ਕੋਸਦੇ ਰਹਿੰਦੇ ਜੀ ਅਸੀਂ, ਕਿਲੇ ਵੀ ਕਿਸੇ ਸਮਾਂ ਉਹ ਸਮਾਂ ਦੁਬਾਰੇ ਵਾਪਸ ਆ ਜਾਊਗਾ ਜੀ। ਹਾਂਜੀ, ਕਹਿੰਦੇ ਗੋਰੇ ਨੇ ਗੀਤਾਂ ਦੇ ਵਿੱਚ ਵੀ ਜਿਹੜਾ ਉਹ ਟਾਈਮ ਸੀ ਜਾਂ ਫਿਰ ਉਦੋਂ ਦਾ ਜਿਹੜਾ ਮਾਹੌਲ ਸੀ ਉਹਨੂੰ ਜਿਹੜਾ ਢਾਲਿਆ ਹੈਗਾ ਪੂਰਾ? ਹਾਂਜੀ ਹਾਂਜੀ ਹਾਂਜੀ, ਬਹੁਤ ਸੋਹਣਾ ਜੀ। ਅਤੇ ਉਸ ਤੋਂ ਬਾਅਦ ਫਿਰ ਜਦੋਂ ਆਉਂਦੇ ਪਿੰਡ ਉਹ ਕਿੰਨੀ ਆਉਂਦੇ? ਹਾਂਜੀ ਹਾਂਜੀ ਹਾਂਜੀ, ਡੇਲੀ ਆਉਂਦੇ ਜੀ। ਅੱਛਾ, ਹਾਂਜੀ। ਫਿਰ ਮਿਲਦੇ ਇੱਥੇ, ਉਹਨਾਂ ਦਾ ਪਲਾਟ ਹੈ ਜੀ, ਮੈਂ ਮਿਸਤਰੀ ਦਾ ਕੰਮ ਕਰਦਾ ਹਾਂ। ਅੱਛਾ, ਹਜੇ ਮਹੀਨਾ 20 ਦਿਨ ਪਹਿਲਾਂ ਹੁਣੀ ਕੰਮ ਕਰਕੇ। ਹਾਂਜੀ ਹਾਂਜੀ ਹਾਂਜੀ। ਅਸੀਂ ਪਹਿਲਾਂ ਗੀਤ ਸੁਣਦੇ ਹਾਂ, ਗਲੀਆਂ ਦਸ ਹੋ ਗਈਆਂ ਤੇਰੀ ਮੁੱਕ ਗਈ ਜਦੋਂ ਦੀ ਆਉਣੀ ਜਾਣੀ। ਬਾਈ ਜੀ, ਕੀ ਨਾਮ ਹੈ? ਮੇਰਾ ਨਾਮ ਮਨਿੰਦਰ ਹੈ। ਅੱਛਾ, ਹਾਂਜੀ। ਕਹਿੰਦੇ ਤੁਸੀਂ ਵੀ ਬੜੇ ਨੇੜੇ ਰਹੇ ਹੋ ਜੀ ਉਹਨਾਂ? ਹਾਂਜੀ, ਸਾਡੇ ਮਤਲਬ ਜਦੋਂ ਅਸੀਂ ਕਲੱਬ ਬਣਿਆ ਸੀਗਾ ਉਸਦੇ ਵਿੱਚ ਮਤਲਬ ਗੋਰੇ ਜੀ ਦਾ ਬਹੁਤ ਸਾਥ ਹੁੰਦਾ ਸੀ ਜਦੋਂ ਪਹਿਲਾਂ ਟੂਰਨਾਮੈਂਟ ਕਰਵਾਉਂਦੇ ਸੀਗੇ, ਕਿਉਂਕਿ ਇੱਕ ਨਾਮੀ ਕਲਾਕਾਰ ਸੀ ਅਤੇ ਉਹ ਸਾਡੀ ਮਤਲਬ ਸਟੇਜ ਦੇ ਵਿੱਚ ਆਉਂਦੇ ਸੀ ਤਾਂ ਸਾਡੀ ਰੌਣਕ ਬਣਦੀ ਸੀਗੀ ਟੂਰਨਾਮੈਂਟ ਦੀ, ਇਸ ਕਰਕੇ ਸਾਡੇ ਨਾਲ ਕਾਫੀ ਜੁੜੇ ਹੋਏ ਸੀਗੇ। ਜਦੋਂ ਕੋਈ ਇੱਥੇ ਕੈਸਟ ਕਰਦੇ ਸੀ ਤਾਂ ਉਹ ਮੰਨ ਲਓ ਵੀ ਇੱਕ ਪਿੰਡ ਦੇ ਵਿੱਚ 4 ਜਣਿਆਂ ਦੇ ਨਾਲ ਸਲਾਹ ਹੁੰਦੀ ਹੈ ਜਿਹੜੀ, ਉਹਨਾਂ ਦੇ ਵਿੱਚ ਅਸੀਂ ਕਾਫੀ ਉਹਨਾਂ ਦੇ ਨਾਲ ਉਹਨਾਂ ਦੀ ਕੈਸਟਾਂ ਦੇ ਵਿੱਚ ਗਾਣਿਆਂ ਦੇ ਵਿੱਚ ਮਤਲਬ ਸਾਨੂੰ ਦੱਸਦੇ ਸੀ ਵੀ ਆਹ ਕਰਨਾ ਜਾਂ ਤੁਹਾਨੂੰ
ਵਧੀਆ ਲੱਗਿਆ ਕਰਗੇ ਕਿ ਨਾ ਕਰੀਏ ਉਹ ਕਾਫੀ ਸਾਡੇ ਨਾਲ ਉਹਨਾਂ ਦੀ ਮਤਲਬ ਆਉਣੀ ਜਾਣੀ ਸੀਗੀ ਵਧੀਆ ਵਿਹਾਰ ਬਹੁਤ ਵਧੀਆ ਸੀਗਾ ਉਹਨਾਂ ਚੰਗੇ ਚੰਗੇ ਬੰਦੇ ਜਾਣੀ ਕਿ ਇਨਸਾਨ ਆਪਦੇ ਕਿਨੂੰ ਬਹੁਤ ਚੰਗੇ ਇਨਸਾਨ ਸੀ ਤੇ ਫਿਰ ਬਹਿ ਕੇ ਜੀ ਟਾਈਮ ਮਿਲਦਾ ਉਹਨਾਂ ਦੇ ਕੋਈ ਗਾਣੇ ਉਹਨਾਂ ਤੋਂ ਸੁਣਨ ਦਾ ਨਹੀਂ ਸਾਡੇ ਤੋਂ ਮਤਲਬ ਜਾਣੀ ਕਿ ਸੀਨੀਅਰ ਸੀਗੇ ਜੀ ਅਸੀਂ ਕਹਿ ਨਹੀਂ ਸਕਦੇ ਸੀਗੇ ਅੱਛਾ ਇੱਕ ਹੁੰਦਾ ਨਾ ਵੀ ਸੀਨੀਅਰ ਦਾ ਮਤਲਬ ਰੁਤਬਾ ਹੁੰਦਾ ਗਾ ਉਹਦੇ ਵਿਰੁੱਧ ਮਾਲ ਉਹਨੂੰ ਆਪਦੇ ਵਿੱਚ ਅਸੀਂ ਇੱਕ ਸੀਨੀਅਰ ਸੀਨੀਓਰਟੀ ਮੰਨ ਕੇ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਸਾਨੂੰ ਗਾਣਾ ਸੁਣਾਓ ਕਿਉਂਕਿ ਜੇ ਸਾਡੇ ਬਰਾਬਰ ਸਾਡੀ ਏਜ ਦੇ ਇਹਨਾਂ ਦੇ ਨਾਲ ਏਜ ਸੀਗੀ ਇਹਨਾਂ ਦੇ ਨਾਲ ਤਾਂ ਉਹਨਾਂ ਦਾ ਮਤਲਬ ਉਸ ਹਿਸਾਬ ਦਾ ਵਿਹਾਰ ਸੀ ਸਾਡੇ ਤੋਂ ਸੀਨੀਅਰ ਦਾ ਕਰਕੇ ਹਾਂ ਜੇ ਉਹਨਾਂ ਦਾ ਕੋਈ ਅੱਜ ਕੱਲ੍ਹ ਤਾਂ ਕੋਈ ਲਿਹਾਜ਼ ਹੀ ਰੱਖਦਾ ਅੱਜ ਕੱਲ੍ਹ ਤਾਂ ਜੱਫੇ ਪਾ ਕੇ ਤੁਰੇ ਜਾਂਦੇ ਹੁੰਦੇ ਚਾਹੇ ਵੱਡਾ ਚਾਹੇ ਛੋਟਾ ਨਹੀਂ ਇਹਨਾਂ ਦਾ ਅਸੀਂ ਪਹਿਲਾਂ ਮਤਲਬ ਕਈ ਵਾਰੀ ਦਿੱਲੀ ਦੁੱਲੀ ਤੋਂ ਆਉਂਦੇ ਸਾਨੂੰ ਰਾਤ ਹੋ ਜਾਂਦੀ ਕਈ ਇੱਕ ਵਾਰ ਸਾਨੂੰ ਹੋਈ ਆ ਸਾਡੇ ਨਾਲ ਮਤਲਬ ਇੱਕ ਘਟਨਾ ਵੀ ਸਾਨੂੰ ਸ਼ਾਮ ਹੋ ਗਈ ਅਤੇ ਬਠਿੰਡੇ ਦੇ ਵਿੱਚੋਂ ਮਤਲਬ 8-6 ਵਜੇ ਬੱਸਾਂ ਐਂਡ ਹੋ ਜਾਂਦੀਆਂ ਸੀਗੀਆਂ ਇੱਧਰ ਆਉਣੀਆਂ ਬੱਸਾਂ ਨਹੀਂ ਆਉਂਦੀਆਂ ਸੀ ਅਤੇ ਸਾਨੂੰ ਇਹ ਰਸਤੇ ਵਿੱਚ ਮਿਲ ਗਏ ਇਹਨਾਂ ਦਾ ਇੰਨਾ ਕੁ ਮਤਲਬ ਸਾਡੇ ਨਾਲ ਪਿੰਡ ਦੇ ਉਸ ਦਾ ਕਰਕੇ ਜੁੜੇ ਹੋਏ ਸੀਗੇ ਸਾਨੂੰ ਇਹਨਾਂ ਨੇ ਮਤਲਬ ਆਪ ਡਰਾਈਵਰ ਨੂੰ ਕਿਹਾ ਕਹਿੰਦਾ ਮੈਂ ਇੱਥੇ ਖੜਦਾਗਾ ਤੂੰ ਸਾਡੇ ਮਤਲਬ ਮੁੰਡਿਆਂ ਨੂੰ ਸਾਰਿਆਂ ਨੂੰ ਪਿੰਡ ਛੱਡ ਕੇ ਮਤਲਬ ਉਹਨਾਂ ਦੇ ਨਾਲ ਇੰਨੀ ਕੁ ਜਾਣੀ ਉਹ ਵਧੀਆ ਬੈਠਣੀ ਉੱਠਣੀ ਸੀਗੀ ਸਾਡੀ ਬਹੁਤ ਵਧੀਆ ਇਨਸਾਨ ਨੇ ਅਤੇ ਸਾਡੇ ਪਿੰਡ ਦੇ ਵਿੱਚ ਮਤਲਬ ਇੱਕ ਸਾਡੇ ਪਿੰਡ ਦਾ ਨਾਂ ਰੋਸ਼ਨ ਕਰਨ ਵਾਲਾ ਇੱਕ ਬਹੁਤ ਵਧੀਆ ਸਟਾਰ ਕਹਿ ਸਕਦੇ ਆਪਾਂ ਸਟਾਰ ਹੈਗੇ ਗਾਇਕੀ ਦਾ ਕੀ ਪੱਧਰ ਰਿਹਾ ਜੀ ਉਹਨਾਂ ਦਾ ਜਿਹੜਾ ਉਹਨਾਂ ਦਾ ਸਮਾਂ ਸੀਗਾ ਜੀ ਉਸ ਦੇ ਵਿੱਚ ਤਾਂ ਉਹਨਾਂ ਦੀ ਗਾਇਕੀ ਮੇਰੇ ਹਿਸਾਬ ਨਾਲ ਉਹਨਾਂ ਦੇ ਨੇੜੇ ਤੇੜੇ ਜਾਂ ਤਾਂ ਮਾਮਾ ਸਦੀਕ ਜੀ ਸੀਗੇ ਅਤੇ ਉਹਨਾਂ ਦੇ ਬਰਾਬਰ ਦੇ ਗਾਇਕ ਕਹਿ ਸਕਦੇ ਹਾਂ ਆਪਾਂ ਉਸ ਟਾਈਮ ਦੇ ਵਿੱਚ ਕੁਲਦੀਪ ਮਾਨਕ ਜੀ ਹੋ ਗਏ ਅਤੇ ਬਲਕਾਰ ਸਿੱਧੂ ਹੋ ਗਏ ਇਹਨਾਂ ਦੇ ਸਮੇਂ ਦੇ ਮਤਲਬ ਉਹ ਸਮੇਂ ਦੇ ਆਪਦੇ ਸਮੇਂ ਦੇ ਬਹੁਤ ਵਧੀਆ ਕਲਾਕਾਰ ਅਸੀਂ ਮਤਲਬ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਰੁਤਬਾ ਹੈਗਾ ਉਹ ਇੱਕ ਸਟੈਂਡਰਡ ਦੇ ਉੱਤੇ ਖੜੇ ਹੈਗੇ ਅਤੇ ਉਹ ਐਂ ਨਹੀਂ ਹੈਗਾ ਵੀ ਕੋਈ ਮਤਲਬ ਉਹਨਾਂ ਦਾ ਗਨ ਲੱਚਰ ਆਇਆ ਹੋਊਗਾ ਗਾਣਾ ਜਾਂ ਮਤਲਬ ਜਿਸ ਤਰ੍ਹਾਂ ਹੁਣ ਚੱਲਦਾ ਕਿ ਬੰਦੂਕਾਂ 'ਤੇ ਹੋ ਗਿਆ ਜਾਂ ਹੋਰ ਹੋ ਗਿਆ ਉਹ ਮਤਲਬ ਮਾਹੌਲ ਨੂੰ ਖਰਾਬ ਕਰਨ ਵਾਲੇ ਕਲਾਕਾਰ ਨੇ ਇੱਕ ਬਹੁਤ ਵਧੀਆ ਕਲਾਕਾਰ ਚੰਗੇ ਕਲਾਕਾਰ ਸੀ ਕਹਿ ਰਹੇ ਸੀ ਤੁਸੀਂ ਕੁਝ ਦੱਸ ਰਹੇ ਸੀ ਉਹ ਹੁਣੀ 2-3 ਸਾਲਾਂ ਤੋਂ ਗਏ ਆ ਇੱਥੇ ਪਹਿਲੇ ਤਾਂ ਲੋਹੜੀ ਵਗੈਰਾ ਤੇ ਆ ਕੇ ਸਾਨੂੰ ਆਮ ਪਬਲਿਕ ਨੂੰ ਵਧੀਆ ਅੱਛਾ ਰੰਗਾਰੰਗ ਪ੍ਰੋਗਰਾਮ ਸਾਡੇ ਆ ਗੇਟ ਦੇ ਵਿੱਚ ਮਤਲਬ ਲੋਹੜੀ ਦਾ ਜਦੋਂ ਤਿਉਹਾਰ ਹੁੰਦਾ ਸੀਗਾ ਨਾ ਤੇ ਉਹਨਾਂ ਨੇ ਦੇਖ ਕਿਉਂਕਿ ਪਹਿਲਾਂ ਉਹਨਾਂ ਦਾ ਸਾਡੇ ਸਾਰੇ ਇੱਥੇ ਭਾਈਕਿਆਂ ਦੇ ਨਾਲ ਬਹੁਤ ਜ਼ਿਆਦਾ ਮੋਹ ਪ੍ਰੇਮ ਸੀ ਸਾਰਿਆਂ ਦੇ ਨਾਲ ਹੀ ਮਤਲਬ ਇੱਥੇ ਰਹਿੰਦੇ ਕਰਨ ਦੇ ਕਰ ਇਹਨਾਂ ਨਾਲ ਪੜ੍ਹਿਆਂ ਦਾ ਕਰਕੇ ਜੇ ਰਾਤ ਨੂੰ ਉਹਨਾਂ ਨੇ ਮਤਲਬ ਆਪ ਦੀ ਲੋਹੜੀ ਛੱਡ ਕੇ ਇੱਥੇ ਸਾਡੀ ਲੋਹੜੀ ਦੇ ਉੱਤੇ ਆ ਕੇ ਤੇ ਉਹਨਾਂ ਨੇ ਕੋਈ ਕਲਾਕਾਰ ਮਤਲਬ ਕਲਾਕਾਰ ਦੇ ਤਰ੍ਹਾਂ ਆਪਦੇ ਗਾਣੇ ਸੁਣਾ ਕੇ ਪਿੰਡਾਂ ਦੇ ਵਿੱਚ ਵੀ ਜਿਹੜਾ ਸੀਗਾ ਚਲੋ ਹੁਣ ਤਾਂ ਹੌਲੀ ਹੌਲੀ ਜਿਹੜੇ ਪਿੰਡਾਂ 'ਚ ਮਾਹੌਲ ਬਦਲ ਨਹੀਂ ਜੇ ਹੁਣ ਵੀ ਆਉਂਦੇ ਤਾਂ ਜੀ ਹੁਣ ਵੀ ਰੌਣਕ ਮੇਲਾ ਪੂਰਾ ਹੀ ਲਾਉਂਦੇ ਜੀ ਮਸਤ ਬੰਦੇ ਉਹ ਇਹੋ ਜਿਹੀ ਗੱਲ ਨਹੀਂ ਉਹਨਾਂ 'ਚ ਸੂਫਿਆਂ ਵਾਲੀ ਕੋਈ ਗੱਲਬਾਤ ਨਹੀਂ ਜੀ ਨਾ ਸਧਾਰਨ ਸਿੰਪਲ ਬੰਦੇ ਆ ਜੀ ਸੱਭਿਆਚਾਰਕ ਗਾਉਣਾ ਸਾਰੇ ਪਰਿਵਾਰ ਜਿੱਥੇ ਹੀ ਬੈਠੇ ਆ ਕੁੜੀਆਂ ਬੁੜੀਆਂ ਦੇ ਵਿੱਚ ਉਹਨਾਂ ਨੇ ਆਪਦਾ ਸ਼ੁਰੂਕਾਰ ਹੀ ਦੇਣਾ ਜੀ ਐਡਾ ਨਹੀਂ ਉਹਨਾਂ ਨੂੰ ਕੋਲੇ ਕੋਈ ਪਤਾ ਵੀ ਸਾਡਾ ਕੋਈ ਗਾਣਾ ਗਲਤ ਨਹੀਂ ਹੈਗਾ ਕੋਈ ਸਾਨੂੰ ਮੂਹਰੋਂ ਰੋਕਦਾ ਨਹੀਂ ਇੱਕ ਨਾਮ ਨੂੰ ਲੈ ਕੇ ਇਕੱਲਾ ਉਹਨੂੰ ਗੋਰਾ ਚੱਕ ਵਾਲੇ ਦੇ ਨਾਮ ਤੋਂ ਹੀ ਸਾਰੇ ਜਾਣਦੇ ਆ ਕੋਈ ਹੈ ਕੀ ਅਸਲੀ ਨਾਮ ਕਿਹੜਾ ਨਾਮ ਸੀ ਪੂਰਾ ਉਹਨਾਂ ਦਾ ਇਹਨਾਂ ਦੇ ਨਾਲ ਪੜਿਆ ਗੁਰਪ੍ਰੀਤ ਨਾਮ ਗੁਰਪ੍ਰੀਤ ਵੈਸੇ ਗੋਰਾ ਚੱਕ ਵਾਲੇ ਇਸ ਤਾਂ ਗੋਰਾ ਗੋਰਾ ਹੀ ਹੁਣ ਕਹਿੰਦੇ ਜੀ ਹੁਣ ਵੀ ਗੋਰਾ ਦੇ ਨਾਲ ਗੋਰਾ ਹੀ ਕਹਿੰਦੇ ਆ ਪਹਿਲਾਂ ਤੇ ਗੋਰਾ ਕਹਿੰਦੇ ਜੀ ਉਹ ਵੈਸੇ ਕਾਗਜ਼ਾਂ ਦੇ ਵਿੱਚ ਨਾਮ ਉਹਨਾਂ ਦਾ ਗੁਰਪ੍ਰੀਤ ਸੀ ਅੱਛਾ ਗੁਰਪ੍ਰੀਤ ਹੈ ਹਨਾ ਹਾਂਜੀ ਪਰ ਫਿਰ ਇੱਕ ਹੈ ਕਿ ਜਦੋਂ ਛੋਟੇ ਹੁੰਦੇ ਜਿਹੜਾ ਨਾਮ ਪੈ ਜਾਏ ਜਿਵੇਂ ਕਹਿੰਦੇ ਜੀ ਪਿੰਡ 'ਚ ਨਾਮ ਕਿਸੇ ਦਾ ਪੱਕਾ ਹੋ ਗਿਆ ਹਨਾ ਹੱਲ ਪੈਣ ਲੱਗ ਜਾਏ ਜਿਹੜੀ ਹਾਂ ਉਹੀ ਚੱਲਦੀ ਹੈ ਜੀ ਉਹੀ ਚੱਲਦੀ ਹੈ ਚੱਲਦੀ ਹੈ ਪਿੰਡਾਂ ਦੇ ਵਿੱਚ ਨਹੀਂ ਵੈਸੇ ਉਹਦਾ ਵੀ ਸੋਹਣਾ ਸੀ ਨਾ ਜੀ ਵਧੀਆ ਹਾਂ ਹਾਂ ਇਹ ਵੀ ਕਹਿ ਦਈਏ ਸੀ ਵੀ ਗੋਲ ਮੋਲ ਜਾਂ ਗੋਰਾ ਗੋਰੀ ਸੀ ਤੇ ਗੋਰੇ ਹੀ ਚੱਲਦੀ ਸੀ ਗੋਰਾ ਉਵੇਂ ਪੈ ਜਾਂਦਾ ਜੀ ਨਾਮ ਜਿਹੜਾ ਜਿਹਦਾ ਜਿਹੜਾ ਜਿਹਾ ਰੰਗ ਹੁੰਦਾ ਉਹ ਜਲਦੀ ਉਹਨੂੰ ਦਾ ਨਾਮ ਪੈ ਜਾਂਦਾ ਕੋਈ ਕਾਲਾ ਮੜਾ ਜਾਂ ਇੱਥੇ ਸਾਡੇ ਹੈਗੇ ਜਿਹਨੂੰ ਕਾਲਾ ਕਹਿਣ ਲੱਗ ਜਾਂਦੇ ਜੀ ਪਿੰਡਾਂ ਦੇ ਵਿੱਚ ਤਾਂ ਇਦਾਂ ਹੀ ਹੈ ਚਲੋ ਪਿੰਡ ਹੈ ਮਤਲਬ ਗੋਰੇ ਦੇ ਨਾਮ ਤੋਂ ਹੀ ਮਸ਼ਹੂਰ ਹੈ ਤੇ ਕਾਲੇ ਦੇ ਨਾਮ ਤੋਂ ਵੀ ਹਾਂ ਕਾਲੇ ਕੋਈ ਕਾਲੇ ਦੇ ਨਾਮ ਤੋਂ ਹੀ ਮਸ਼ਹੂਰ ਹੈ ਕਾਲੇ ਦੇ ਨਾਮ ਤੋਂ ਹੀ ਮਸ਼ਹੂਰ ਹੈ ਬਸ ਇਦਾਂ ਹੀ ਹੈ ਜੀ ਹਾਂਜੀ ਬਹੁਤ ਵਧੀਆ ਵਿਹਾਰ ਸੀਗਾ ਉਹਨਾਂ ਦਾ ਚਲੋ ਇਹ ਸੀਗਾ ਜੀ ਗੋਰੇ ਚੱਕ ਵਾਲੇ ਦੇ ਪਿੰਡ ਦਾ ਦੌਰਾ ਅਤੇ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਹੈ ਤੁਸੀਂ ਆਪਦੇ ਕਮੈਂਟਸ ਕਰਕੇ ਜ਼ਰੂਰ ਦੱਸਿਆ ਜੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ